27 ਜੂਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਚਮਰੰਗ ਰੋਡ ਤੇ ਝੁੱਗੀਆਂ ਦੇ ਸੜਨ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ 100 ਤੋਂ ਵੱਧ ਪਰਿਵਾਰਾਂ ਦੀਆਂ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਸਨ। ਇਸ ਘਟਨਾ ਤੋਂ ਬਾਅਦ ਬਹੁਤ ਸਾਰੀਆਂ NGOs ਅਤੇ ਸਿੱਖ ਜਥੇਬੰਦੀਆਂ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਵੀ ਆਈਆਂ ਹਨ ਤੇ ਹੁਣ ਇਹਨਾਂ ਪਰਿਵਾਰਾਂ ਦੇ ਆਸ਼ਿਆਨੇ ਇੱਕ ਵਾਰ ਫਿਰ ਬਣਨ ਲਈ ਤਿਆਰ ਹੋ ਰਹੇ ਹਨ ਤੇ ਇਸੇ ਲੜੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਝੁੱਗੀਆਂ ਵਿੱਚ ਰਹਿੰਦਾ ਇੱਕ ਨੌਜਵਾਨ ਸਿੱਖਾਂ ਦੀ ਤਾਰੀਫ ਕਰਦੇ ਹੋਏ ਸ਼ਿਵ ਸੈਨਾ ਦੇ ਕੰਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ। ਸਰ, ਸਾਨੂੰ ਜਿੰਨੇ ਵੀ ਹੈ ਇਸ ਵੇਲੇ ਤੇ ਜਿਹੜੇ ਸਰਦਾਰ ਜੀ ਦੇ ਇੱਕ ਟੈਂਟ ਵਾਲੇ ਹੀ ਲਾਲਾ ਉਹਨਾਂ ਦੀ ਦੁਕਾਨ ਤੇ ਗਏ, ਉਹਨਾਂ ਨੂੰ ਸਾਰਾ ਕਸ਼ਟ ਵੀ ਦੱਸਿਆ ਜੀ, ਗਵੰਡੀ ਵੀ ਹੈਗਾ ਮੰਦਿਰ ਕੋਲ, ਉਹਨਾਂ ਨੂੰ ਕਿਹਾ ਸਰ ਇੱਥੇ ਉਹਨਾਂ ਨੇ ਕਿਹਾ ਉਹ ਅੱਗ ਲੱਗੀ ਸੀ। ਮੈਂ ਕਿਹਾ ਹਾਂਜੀ, ਉਹਨਾਂ ਦੇ ਪਾਣੀ ਵਾਸਤੇ ਛੋਟੇ ਛੋਟੇ ਬੱਚੇ ਆ, ਟੱਪ ਚਾਹੀਦੇ ਸੀ 2, ਤੇ ਉਹਨਾਂ ਨੇ ਕਿਹਾ ਠੀਕ ਹੈ ਜੀ ਲੈ ਜਾਓ ਤੇ 2000 ਰੁਪਏ ਜਮਾ ਕਰਾਓ ਤੇ 200 ਰੁਪਏ ਫੀਸ ਲੱਗਣਾ। ਉਹਦੇ ਅੱਗੇ ਗਏ ਥੋੜਾ ਜਿਹਾ ਸਰਦਾਰ ਜੀ ਦਾ ਦੁਕਾਨ ਸੀ ਟੈਂਟ ਦਾ, ਤੇ ਉਹਨਾਂ ਨੇ ਵਿਚਾਰੇ ਨੇ ਗੱਲ ਦੱਸਿਆ ਤੇ ਇੱਕ ਤੇ ਉਹਨੇ ਇਹ ਵੀ ਪੁੱਛਿਆ ਕਿ ਕੋਈ ਜਾਨ ਤੇ ਨੀ ਗਈ। ਮੈਂ ਕਿਹਾ ਨਹੀਂ, ਜਾਨ ਤੇ ਬਚ ਗਏ ਆ, ਇਹੋ ਜਿਹੀ ਰੱਬ ਦੀ ਬੜੀ ਕਿਰਪਾ ਸੀ। ਉਹਨੇ ਕਿਹਾ ਠੀਕ ਹੈ ਤੁਸੀਂ ਫਿਰ ਲੈ ਜਾਓ ਜਿੰਨੀ ਮਰਜ਼ੀ ਟੱਪ, ਤੇ ਸਾਨੂੰ ਉਹਨਾਂ ਨੇ 2 ਟੱਪ ਦਿੱਤੇ ਤੇ ਉਹਨਾਂ ਨੇ ਪੁੱਛਿਆ ਕਿੰਨਾ ਕਿਰਾਇਆ, ਉਹਨਾਂ ਨੇ ਕਿਹਾ 20 ਰੁਪਏ ਇੱਕ ਟੱਪ ਦੀ, ਉਹ ਵੀ ਨੀ ਲੈਂਦਾ ਪਿਆ ਸੀ, ਅਸੀਂ ਜ਼ਬਰਦਸਤੀ ਉਹਨਾਂ ਨੂੰ ਦੇ ਕੇ ਆਏ 200 ਰੁਪਈਏ, ਕਹਿੰਦਾ ਲੈ ਜਾਓ ਤੁਸੀਂ ਠੀਕ ਹੈ। ਤੇ ਇਸ ਗੱਲੋਂ ਜਿਹੜੇ ਹੈ ਲੜਦੇ ਪਏ ਆ ਸ਼ਿਵ ਸੈਨਾ ਵਾਲੇ, ਮੈਂ ਸਰੇ ਆਮ ਕਹਿਣਾ ਵਾ, ਜਿਹੜਾ ਕਹਿੰਦੇ ਸਾਡਾ ਹਿੰਦੂ, ਹਲੇ ਤੱਕ ਤੇ ਕੋਈ ਵੀ ਸ਼ਿਵ ਸੈਨਾ ਵਾਲੇ ਦੇ ਬੰਦੇ ਇੱਕ ਬ੍ਰੈਡ ਦੇ ਪੀਸ ਨਹੀਂ ਲੈ ਕੇ ਆਇਆ ਵਾ ਇੱਥੇ। ਜੋ ਵੀ ਹੈ ਜਿੰਨਾ ਵੀ ਆਪਣੇ ਸਿੱਖ ਲੋਕ ਜਿਹੜੇ ਵੇਖੋ ਦਿਲ ਦੇ ਖੁੱਲੇ ਹੁੰਦੇ ਆ, ਦਰਬਾਰ ਸਾਹਿਬ ਤੋਂ ਵੀ ਰੋਟੀ ਲੰਗਰ ਜੋ ਵੀ ਹੈ ਸਾਰੇ ਇੱਥੇ ਕੱਲ ਦਾ ਚੱਲਦੇ ਪਏ ਆ, ਬਹੁਤ ਸਾਨੂੰ ਮਦਦ ਮਿਲਦੇ ਪਏ ਆ ਇੱਥੋਂ ਦੇ, ਜਿਹੜੇ ਸਰਦਾਰ ਬਹੁਤ ਦਲੇਰ ਹੁੰਦੇ ਆ, ਵਾਕਈ ਸਰਦਾਰ ਹੁੰਦੇ ਆ, ਸਰਦਾਰ ਵਾਂਗੂ ਕੋਈ ਰੇਸ ਨਹੀਂ ਕਰ ਸਕਦਾ ਸ਼ਿਵ ਸੈਨਾ ਵਾਲੇ। ਤੁਸੀਂ ਸਿਰਫ ਨਾਂ ਦੇ ਸ਼ਿਵ ਸੈਨਾ ਜੇ, ਅਸੀਂ ਵੀ ਹਿੰਦੂ ਹਾਂ, ਅਸੀਂ ਸਭ ਤੋਂ ਵੱਡਾ ਹਿੰਦੂ ਹਾਂ ਯਾਦਵ ਹਾਂ, ਤੁਹਾਨੂੰ ਕਹਿਣਾ ਪਿਆ ਤੁਸੀਂ ਜਿਹੜੇ ਪਖੰਡ ਪੰਨੀ ਜੀ ਇੱਥੇ ਅੰਮ੍ਰਿਤਸਰ ਚ ਆਜੇ ਕਿਤੇ, ਕੱਲ ਸਾਡੇ ਹਿੰਦੂ ਨੂੰ ਉਹ ਕਿਤੇ ਇਹ ਗੱਲ ਛੱਡ ਦਿਓ, ਮਿਹਨਤ ਕਰਕੇ ਦਿਖਾਓ ਕਿ ਵਾਕਈ ਤੁਸੀਂ ਸੇਵਾ ਕਰਦੇ ਪਏ ਹੋ ਸਾਡੇ ਹਿੰਦੂਆਂ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਦਾ ਟੀਵੀ, NRI।